ਖੂਹ ਸੱਟ ਕੇ ਓ ਆਪ ਮੁਹੰਮਦ ਪਕੰਬਰ ਕਨਿਆਮੀ ਓ 12 ਸਾਲ ਕੈਦੋਂ ਕੱਢ ਕੇ ਫਿਰ ਦਿੱਤੀ ਸਲਤਾਨੀ ਸਲਾਮ ਅਲੈਕੁਮ ਨਾਜ਼ਰੀਨ ਮੈਂ ਹੂੰ ਮੁਹੰਮਦ ਫੈਸਲ ਹੁਸੈਨ ਔਰ ਆਪ ਦੇਖ ਰਹੇ ਹੈਂ ਹਮਾਰਾ ਯੂਟਿਊਬ ਚੈਨਲ ਵਪਾਰੀ ਵਲੌਗ ਔਰ ਵਪਾਰੀ ਵਲੌਗ ਆਫੀਸ਼ੀਅਲ ਨਾਜ਼ਰੀਨ ਅੱਜ ਹਮ ਇੱਕ ਨਏ ਕਲਾਮ ਕੇ ਸਾਥ ਹਾਜ਼ਰ ਹੋਏ ਹੈਂ ਕਲਾਮ ਮੀਆਂ ਮੁਹੰਮਦ ਬਖਸ਼ ਕਾ ਹੈ ਜੋ ਸੁਣਾਏਗੇ ਮੇਰੇ ਬਾਬਾ ਜਾਨੀ ਤੋ ਚਲੀਏ ਸੁਣਤੇ ਹੈਂ ਕਲਾਮ ਸੁਣਨੇ ਸੇ ਪਹਿਲੇ ਅਗਰ ਆਪ ਹਮਾਰੇ ਚੈਨਲ ਪੇ ਨਏ ਹੈਂ ਤੋ ਚੈਨਲ ਕੋ ਸਬਸਕ੍ਰਾਈਬ ਕਰੇਂ ਲਾਈਕ ਕਰੇਂ ਦੋਸਤੋਂ ਕੇ ਸਾਥ ਸ਼ੇਅਰ ਕੀਜੀਏ ਚਲੀਏ ਸੁਣਤੇ ਹੈਂ ਅੱਜ ਕਾ ਨਏ ਕਲਾਮ ਓ ਹੁਕਮ ਅਦੇ ਬਿਨ ਕੱਖ ਨਹੀਂ ਹਿਲਦਾ ਵਾ ਕੁਦਰਤ ਦਾ ਵਾਲੀ ਓ ਜੇ ਜਨੂਨ ਲਗਾਇਓ ਤੀ ਵਚ ਹਰ ਪੱਤਾ ਹਰ ਡਾਲੀ ਸੁਭਾਨ ਅੱਲਾ ਓ ਆਪ ਮਕਾਨਾ ਖਾਲੀ ਉਸਤੇ ਤੇ ਕੋਈ ਮਕਾਨ ਨਾ ਖਾ ਮੁਹੰਮਦ ਉਹ ਰੱਖਦਾ ਆਪ ਸੰਭਾਲੀ ਉਹ ਹਰ ਵੇਲੇ ਹਰ ਚੀਜ਼ ਮੁਹੰਮਦ ਉਹ ਰੱਖਦਾ ਆਪ ਸੰਭਾਲ ਹੋਇਆ ਪੈਦਾਨ ਪੈਣਾ ਹਰ ਕੰਮ ਕਰ ਦਾਇਆ ਉਹ ਬਹਦਲਾ ਸ਼ਰੀਕ ਮੁਹੰਮਦ ਉਹ ਸਿਫਤਾਂ ਨਾਲ ਸੰਜਾ ਔਰ ਰੱਬ ਜਬਾਰ ਕਹਾਰ ਸੁਣੀਂਦਾ ਉਹ ਖੌਫ ਭਲਾ ਉਸ ਬਾਪ ਉਹ ਹੈ ਸਤਾਰ ਗਫਾਰ ਹਮੇਸ਼ਾ ਤੇ ਰਹਿਮ ਅਮੀਦ ਜਨਾਬ ਸੋਮ ਬਕੂਮ ਔਰ ਰਹਿਣ ਫਰਸ਼ ਤੈ ਕਿਸ ਤਾਕਤ ਦਮ ਮਾਰੇ ਔਰ ਦਰ ਅਮੀਦ ਤੇ ਆਜਦ ਹੋ ਕੇ ਔਰ ਡੈਣ ਬਜ਼ੁਰਗ ਬਚਾਰੇ ਔਰ ਔਰ ਬਾਦਸ਼ਾਹਾਂ ਦੇ ਉਹ ਸ਼ਾਹ ਵੀ ਉਸ ਅੱਗੇ ਉਹ ਮੂੰਹ ਮਨ ਦੇ ਵਿੱਚ ਖਾਕਾ ਉਹ ਗੁਨਾਹਗਾਰ ਕਹਾਇਆ ਉਥੇ
او سچیاں صفتاں پاک کان ہوا وا صاحب بخشن ہارا او تک تک اے ڈگنا عزت رزق نہ کسے ساڈا او دین دا فیر پنا لطف کریں دا کم کندا ہر دم کاج سوارے او سب خلقت دا راکھایو او بیت پچھانے سارے او خو سٹ کے او آپ محمد پکمبر کنیانی او بارہ سال قیدوں کڈ کے پھر دتی سلطان آج کے لیے اتنا ہی. تھینک یو سو مچ. اللہ حافظ و ناصر.